ਹਾਂਜੀ ਕਿਦਾਂ ਸਾਰੇ ਤੇ ਵੀਡੀਓ ਆ ਜੀ ਇੱਕ ਤੇ ਸ਼ੇਅਰ ਕਰ ਦਿਓ ਜਲਦੀ ਜਲਦੀ ਬਾਅਦ ਚ ਤੁਸੀਂ ਕਰੀ ਦੇਣੀ ਕਿਉਂਕਿ ਹੈਗੀ ਬਹੁਤ ਵਧੀਆ ਏ ਜੀ 911 ਜਦੋਂ ਅਮਰੀਕਾ ਚ ਹੋਇਆ ਸੀ ਤੇ ਸਪੇਸ ਦੀ ਤਸਵੀਰ ਆ ਜੀ ਇਹ ਤੁਸੀਂ ਦੇਖ ਸਕਦੇ ਆ ਧੂਆ ਕਿੱਥੇ ਤੱਕ ਗਿਆ ਸੀ ਤੇ ਮੈਂ ਉਹ ਗੱਲ ਕੀਤੀ ਸੀ ਵੀ ਅਟੈਕ ਅਮਰੀਕਾ ਨੇ ਆਪ ਕਰਾਇਆ ਸੀ ਕਮੈਂਟ ਬੜੇ ਭੈੜੇ ਆਏ ਮੇਰੇ ਵਿਰੁੱਧ ਪਰ ਮੇਰੀ ਸੋਚ ਉਹੀ ਰਹਿਣੀ ਆ ਅਜੇ ਵੀ ਜਿੱਥੇ ਮੈਂ ਕਿਹਾ ਸੀ ਪਈ ਉਹ ਨਹੀਂ ਆਪ ਕਰਾਇਆ ਸੀ ਤੇ ਕਰਾਇਆ ਸੀ ਜਿਨੀ ਮੰਨਣਾ ਮੰਨੋ ਨਹੀਂ ਮੰਨਣਾ ਨਾ ਮੰਨੋ ਹਰ ਇੱਕ ਦੀ ਆਪਣੀ ਸੋਚ ਆ ਆਪਣੇ ਤਰਕ ਆ ਤੇ ਆਪਣੇ ਵਿਚਾਰ ਆ ਇਹ ਆ ਜੀ 911 ਜਦੋਂ ਅਟੈਕ ਹੋਇਆ ਉਹਦੀ ਸਪੇਸ ਤੋਂ ਤਸਵੀਰ ਤੇ ਅੱਗੇ ਦਿਖਾਉਣੇ ਤੁਹਾਨੂੰ ਦੀਨ ਦੁਨੀਆਦਾਰੀ ਦੀਆਂ ਤੇ ਆ ਜਾਓ ਕਿ ਅਸੀਂ ਨੈਸ਼ਨਲ ਲੈਵਲ ਦਾ ਈਰਾਨ ਦਾ ਕਿੰਨਾ ਸੋਹਣਾ ਸੁਨੱਖਾ ਮੁੰਡਿਆ ਦਾ ਸਰੀਰ ਦੇਖੋ ਨਾਵੇਦੀ ਦਾ ਨਾਂ ਸੀ ਤੇ ਇਹਨੂੰ ਸ਼ਰੇਆਮ ਫਾਂਸੀ ਦੇ ਦਿੱਤਾ ਗਿਆ ਹੈਰਾਨ ਦੇ ਕਾਨੂੰਨ ਪਤੰਦਰਾਂ ਦੇ ਬਾਲਾ ਹੀ ਭੜੇ ਆ ਹਨਾ ਹੋਇਆ ਕੀ ਸੀ 2018 ਚੀਨ ਸਰਕਾਰ ਦੇ ਵਿਰੁੱਧ ਪ੍ਰਦਰਸ਼ਨ ਕੀਤਾ ਸੀ ਉਹਨਾਂ ਨੇ ਨਹੀਂ ਦੇਖਿਆ ਬਈ ਨੈਸ਼ਨਲ ਲੈਵਲ ਦਾ ਚੈਂਪੀਅਨ ਹੈ ਜੋ ਮਰਜੀ ਆ ਸੇਧ ਜਿੰਨੀ ਮਰਜੀ ਵਧੀਆ ਉਹ ਨਹੀਂ ਦਲਾ ਦੇਖਦੇ ਉਹ ਜਿਹਨੂੰ ਨਹੀਂ ਫਾਂਸੀ ਚਾੜਨਾ ਚਾੜ ਦਿੰਦੇ ਆ ساری ਦੁਨੀਆ ਭਰ ਚ ਵਿਰੋਧ ਹੋਇਆ 올림픽 ਵਾਲਿਆਂ ਨੇ ਕਿਹਾ ਵੀ ਇਰਾਨ ਵਾਲਿਓ ਤੁਹਾਨੂੰ 올림픽 ਚੋਂ ਕਰ ਦੇਣਾ 트럼ਪ ਰੌਲਾ ਪਾਈ ਜਾਂਦਾ ਉਹ ਨਹੀਂ ਸੁਣਦੇ ਕਿਸੇ ਦੀ ਇਰਾਨ ਵਾਲੇ ਉਹਨਾਂ ਦੇ ਆਪਣੇ ਕਾਨੂੰਨ ਆ ਜੋ ਦੇ ਲਈ ਕਰਦੇ ਆ 2018 ਚ ਨੇ ਇੱਕ ਸਿਕਿਉਰਟੀ ਗਾਰਡ ਮਾਰਤਾ ਸੀ ਸਰਕਾਰੀ ਜਦੋਂ ਸਰਕਾਰ ਦੇ ਵਿਰੋਧ ਧਰਨੇ ਪ੍ਰਦਰਸ਼ਨ ਸੀ ਤੇ ਨਵੀਦੀ ਦਾ ਨਾਂ ਸੀ ਤੇ ਮਤਲਬ ਨੈਸ਼ਨਲ ਚੈਂਪੀਅਨ ਹੋਣਾ ਕੋਈ ਛੋਟੀ ਮੋਟੀ ਗੱਲ ਨਹੀਂ ਬਲਡ ਲੈਵਲ ਦਾ ਪਲੇਅਰ ਸੀ ਚਾੜਦਾ ਸ਼ਰੇਆਮ ਫਾਂਸੀ ਕਹਿੰਦੇ ਕਰ ਲਓ ਜੋ ਕਰਨਾ ਤੇ ਆ ਜਾਓ ਫਿਰ ਆਹ ਉਹ ਸਬਰ ਦੀ ਤੁਹਾਨੂੰ ਮਿਲਦੀ ਆ ਜੇ ਤੁਹਾਨੂੰ ਦੋ ਰੋਟੀਆਂ ਸਹੀ ਮਿਲਦੀਆਂ ਆ ਛੱਤ ਆ ਤੁਹਾਡੇ ਸਿਰ ਤੇ ਤੇ ਤੁਹਾਡਾ ਸਰੀਰ ਸਭ ਤੋਂ ਵੱਡੀ ਗੱਲ ਆ ਤੁਹਾਡਾ ਸਰੀਰ ਸਹੀ ਚੱਲਦਾ ਰੋਇਆ ਨਾ ਕਰੋ ਹਾਏ ਮਰ ਗਏ ਲੁੱਟ ਗਏ ਭਾਜੀ ਮੇਰੀ ਕਿਸਮਤ بڑے ਮੈਸੇਜ ਆਉਂਦੇ ਭਾਜੀ ਮੇਰਾ ਮਰਨ ਨੂੰ ਦਿਲ ਕਰਦਾ ਜੀਦਾ ਕਰਦਾ ਫਿਰ ਮਰ ਜਾਓ ਯਾਰ ਮਰਨਾ ਕੋਈ ਹੱਲ ਥੋੜੋ ਹੁੰਦਾ ਜੀਦਾ ਜੀ ਕਰਦਾ ਮਰ ਜਾਓ ਮੈਨੂੰ ਦੱਸ ਦੇ ਰਹੇ ਨੇ ਭਾਜੀ ਮੈਂ ਮਰ ਜਾਣਾ ਫਿਰ ਮਰ ਜਾਓ ਕਰਿਓ ਨਾ ਕੁਛ ਹਨਾ ਹਾデア ਯਾਰ ਭਾਜੀ ਆ ਦੇਖ ਲਓ ਇਹਨਾਂ ਲੋ ਤਾਂ ਨਹੀਂ ਤੁਹਾਡਾ ਮਾੜਾ ਹਾਲ ਹੋਗਾ ਜਿਹੜੇ ਕਹਿੰਦੇ ਭਾਜੀ ਮਰ ਗਏ ਲੁੱਟ ਗਏ ਮੇਰੇ ਨਾਲ ਮਾੜਾ ਕੀਤਾ ਉੱਪਰ ਵਾਲੇ ਨੇ ਆ ਇਹਨਾਂ ਤਾਂ ਨਹੀਂ ਮਾੜਾ ਕੀਤਾ ਹੋਗਾ 28 ਸਾਲ ਤੱਕ ਬੰਦਾ ਇਦਾਂ ਰਿਹਾ 28 ਸਾਲ ਤੱਕ ਦੇਖ ਲਓ ਤੁਹਾਡਾ ਸਰੀਰ ਦਾ ਚੰਗਾ ਭਲਾ ਆ ਦੋ ਰੋਟੀਆਂ ਮਿਲਦੀਆਂ ਛੱਤ ਮਿਲਦੀ ਆ ਇਹਦੇ ਅਲ ਦੇਖ ਲਿਓ ਜਦੋਂ ਤੁਹਾਨੂੰ ਆਊਗਾ ਵੀ ਮੇਰੇ ਨਾਲ ਬਹੁਤ ਮਾੜਾ ਹੋਇਆ ਮੈਂ ਮਰ ਜਾਣਾ ਮੇਰੀ ਜ਼ਿੰਦਗੀ ਬਹੁਤ ਮਾੜੀ ਆ ਇਦਾਂ ਦੇ ਵੀ ਬੰਦੇ ਹੈਗੇ ਆ ਆ ਦੇਖੋ ਕਈ ਸਾਲ ਤੱਕ ਇਦਾਂ ਰਿਹਾ ਤੇ ਹੁਣ ਆਪਰੇਸ਼ਨ ਹੋਇਆ ਕਈ ਵੱਡੇ ਵੱਡੇ ਆਪਰੇਸ਼ਨ ਹੋਏ ਤੇ ਹੁਣ ਸਹੀ ਕੀਤਾ ਇਹਨੂੰ ਚੀਨ ਚ ਸੀ ਬੰਦਾ ਇਹ ਬਚਪਨ ਤੋਂ ਨਹੀਂ ਸੀ ਇਦਾਂ ਬਚਪਨ ਚ ਸਹੀ ਸੀ ਬਿਮਾਰੀਆਂ ਹੀ ਕੁਦਰਤ ਦੀਆਂ ਕੁਛ ਅਦਾਂ ਦੀਆਂ ਬਣਾਈਆਂ ਹੋਈਆਂ ਮੈਂ ਤਸਵੀਰਾਂ ਤੁਹਾਨੂੰ ਦਿਖਾਉਣਾ ਨਹੀਂ ਹੁੰਦਾ ਉਹ ਦੇਖਣ ਵਾਲੀਆਂ ਨਹੀਂ ਹੁੰਦੀਆਂ ਵੀ ਲੋਕ ਕਿਦਾਂ ਦਿਨ ਕੱਟਦੇ ਆ ਐਵੇਂ ਨਾ ਪੱਟੀਆ ਕਰੋ ਮਰ ਗਿਆ ਜੀ ਲੁੱਟ ਗਿਆ ਜੀ ਜਿਹੜੀ ਜਿਹੀ ਉਹੀ ਜ਼ਿੰਦਗੀ ਆ ਬਸ ਆ ਦੇਖੋ ਨੇ ਦੱਸਿਓ ਮੈਨੂੰ ਕੋਈ ਜਣਾ ਇੱਕ ਜਣਾ ਕਹਿ ਦਿਓ ਭਾਈ ਸਾਡੀ ਇਤੋਂ ਜ਼ਿੰਦਗੀ ਮਾੜੀ ਸੀਗੀ ਇਹਦੇ ਐਸੇ ਬੰਦੇ ਨਾਲੋਂ ਫੇਰ ਮੈਂ ਕਹੂੰਗਾ ਹਾਂ ਯਾਰ ਤੇਰੀ ਜ਼ਿੰਦਗੀ ਮਾੜੀ ਤੇਰੇ ਨਾਲ ਮਾੜਿਆ ਹੋਇਆ ਹਨਾ ਇੱਧਰ ਵੀ ਦੇਖ ਲਿਆ ਕਰੋ ਦੀਨ ਦੁਨੀਆਦਾਰੀ ਚ ਕਲਾ ਨੀਡੂ ਸ਼ਟਰਾਂ ਵਾਲਾ ਇਹਨਾਂ ਦੇਖੀ ਜਾਇਆ ਕਰੋ ਹੋਰ ਬਹੁਤ ਕੁਝ ਹੁੰਦਾ ਦੀਨ ਦੁਨੀਆਦਾਰੀ ਚ ਫੇ ਤੁਹਾਨੂੰ ਪਤਾ ਲੱਗੂ ਹਾਂ ਭਰਾਵੋ ਆਪਾਂ ਜਿਹੜੇ ਪੰਜਾਬ 'ਚ ਜੰਮੇ ਆ ਉਹ ਮਿਲੀਅਨ ਨਹੀਂ ਕਈ ਬਿਲੀਅਨ ਲੋਕਾਂ ਨਾਲ ਉਹ ਤੁਹਾਡੀ ਜ਼ਿੰਦਗੀ ਵਧੀਆ ਆ ਮੈਂ ਲਿਖ ਕੇ ਦੇ ਦਿੰਨਾ ਜਿਹੜੇ ਪੰਜਾਬ 'ਚ ਜੰਮੇ ਆ ਆ ਥੋੜਾ ਬਾਹਰ ਚਲ ਜਿਓ ਓੜੀਸਾ ਲ ਲੱਗ ਜੂ ਪਤਾ ਕੀ ਭਾ ਪੈਂਦੀ ਯਾਰੀ ਐਵੇਂ ਰੋਨੇ ਰਹਨੇ ਆ ਮਰ ਜਾਣਾ ਮੈਂ ਸਾਰਾ ਪਤਾ ਹੀ ਆ ਸਾਰਿਆਂ ਨੂੰ ਅੱਜ ਦੇ ਦਿਨ 1996 'ਚ ਮਾਰਤਾ ਗਿਆ ਸੀ ਗੋਲੀਆਂ ਮਾਰ ਕੇ ਤੇ ਇਹਦੇ ਗਾਣੇ ਪਏ ਮੈਨੂੰ ਤਾਂ ਅੰਗਰੇਜ਼ੀ ਆਉਂਦੀ ਨਹੀਂ ਤੇ ਇਹਦੇ ਗਾਣੇ ਜੇ ਤੁਸੀਂ ਸੁਣੂਗੇ ਤੇ ਤੁਹਾਨੂੰ ਸਮਝ ਲੱਗਣ ਲੱਪਣੇ ਆ ਹੁਣ ਪਹਿਲਾਂ ਨਹੀਂ ਸੀ ਸਮਝ ਲੱਗਦੇ ਉਹ ਹੁਣ ਕਿਉਂ ਸਮਝ ਲੱਗਣ ਇਹਦੇ ਗਾਣੇ ਛੱਡ ਰਹਿਣ ਦੇ ਛੇੜਨਾ ਦਰਦਾਂ ਨੂੰ ਟੁਪੈਕ ਬਹੁਤ ਵਧੀਆ ਬੰਦਾ ਸੀ ਯਾਰ ਦਲੇਰ ਬੜਾ ਸੀ ਇਹ ਬੰਦਾ ਇਹਦੇ ਜਿੰਨੀ ਦਲੇਰੀ ਨਹੀਂ ਮੈਂ ਕਿਸੇ ਚ ਦੇਖੀ ਮਤਲਬ ਹੈ ਨਾ ਭਾਈ ਗੋਲੀਆਂ ਖਾ ਕੇ ਵੀ ਕਹਿੰਦਾ ਆ ਜਾਓ ਜਿਨੇ ਆਉਣਾ